ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਮੈਂ ਪਲੱਸ 2 ਕਲਾਸ ਦੇ ਲਈ ਜਾਣਕਾਰੀ ਦੱਸ ਰਹੀ ਹਾਂ ਕਿ ਜਿਹੜੀ ਉਹਨਾਂ ਦੀਆਂ ਪ੍ਰੀਖਿਆਵਾਂ ਸੀ ਸਮੇਤ ਓਪਨ ਸਕੂਲ ਕੰਪਾਰਟਮੈਂਟ ਰੀਪੇਅਰ ਵਾਧੂ ਵਿਸ਼ਾ ਜਾਂ ਕਾਰਗੁਜ਼ਾਰੀ ਵਧਾਉਣ ਨਾਲ ਸੰਬੰਧੀ ਕੈਟਾਗਰੀ ਦੇ ਜਿਹੜੇ ਪ੍ਰੀਖਿਆਵਾਂ ਸੀ ਉਹ ਕੋਵਿਡ-19 ਦੇ ਜਿਹੜੇ ਕਿ ਮੱਦੇਨਜ਼ਰ ਰੱਖਦੇ ਹੋਏ 1 ਮਹੀਨਾ ਹੋਰ ਮੁਲਤਵੀ ਕਰ ਦਿੱਤੀਆਂ ਗਈਆਂ ਨੇ ਜਿਹੜੇ ਕਿ 22 ਮਾਰਚ ਤੋਂ ਆਰੰਭ ਹੋਣੀਆਂ ਸੀ ਹੁਣ ਇਹ 22 ਮਾਰਚ ਤੋਂ ਆਰੰਭ ਨਹੀਂ ਹੋਣਗੀਆਂ 12ਵੀਂ ਦੇ ਪ੍ਰੀਖਿਆਵਾਂ ਹੁਣ ਜਿਹੜੇ ਕਿ 20 ਅਪ੍ਰੈਲ 2021 ਮੰਗਲਵਾਰ ਜਿਹੜੇ ਕਿ ਸ਼ੁਰੂ ਹੋਣਗੀਆਂ ਤੇ ਜਿਹੜੀਆਂ ਕਿ 24 ਮਈ 2021 ਸੋਮਵਾਰ ਤੱਕ ਕਰਵਾਈ ਜਾਵੇਗੀ ਇਹ ਪ੍ਰੀਖਿਆਵਾਂ ਤੇ 10ਵੀਂ ਸ਼੍ਰੇਣੀ ਦੀ ਜਿਹੜੀ ਕਿ ਪ੍ਰੀਖਿਆ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀ ਹੁਣ ਇਹ 4 ਮਈ 2021 ਤੋਂ ਸ਼ੁਰੂ ਹੋ ਕੇ 24 ਮਈ 2021 ਤੱਕ ਕਰਵਾਈ ਜਾਵੇਗੀ ਤੇ ਅੱਗੇ ਮੈਂ ਤੁਹਾਨੂੰ ਜਿਹੜੀ ਕਿ ਡੇਟ ਸ਼ੀਟ ਦੱਸਦੀ ਹਾਂ ਕਿ ਕਿਸ ਤਰੀਕੇ ਨਾਲ ਜਿਹੜੀ ਕਿ ਸਾਰੀ ਡੇਡ ਸ਼ੀਟ ਚੇਂਜ ਹੋਈ ਆ ਤੇ ਕਿਹੜਾ ਸਬਜੈਕਟ ਦਾ ਪੇਪਰ ਹੁਣ ਕਿਸ ਦਿਨ ਹੋਵੇਗਾ ਹਾਂਜੀ ਸਟੂਡੈਂਟਸ ਜਿਹੜੀ ਕਿ ਪਲੱਸ 2 ਕਲਾਸ ਦੇ ਡੇਡ ਸ਼ੀਟ ਆ ਫਾਈਨਲ ਐਗਜ਼ਾਮ ਦੀ ਡੇਡ ਸ਼ੀਟ ਲਿਖਤੀ ਤੇ ਐਗਜ਼ਾਮ ਦੀ ਡੇਡ ਸ਼ੀਟ ਆ ਜਿਹੜੀ ਕਿ ਚੇਂਜ ਹੋਈ ਆ ਹੁਣ ਤੇ ਇਹ 20 ਅਪ੍ਰੈਲ ਤੋਂ ਸ਼ੁਰੂ ਹੋਈ ਆ ਮੰਗਲਵਾਰ ਤੋਂ ਕਮਿਊਨਿਟੀਜ਼ ਗਰੁੱਪ ਸਾਇੰਸ ਗਰੁੱਪ ਤੇ ਕਮਰਸ ਗਰੁੱਪ ਤੇ ਐਗਰੀਕਲਚਰ ਗਰੁੱਪ ਚਾਰਾਂ ਗਰੁੱਪਾਂ ਦੇ ਜਿਹੜੇ ਕਿ ਹੁਣ ਡੇਡ ਸ਼ੀਟ ਚੇਂਜ ਹੋ ਕੇ ਬੀ ਅਪ੍ਰੈਲ 2021 ਤੋਂ ਜਿਹੜੀ ਕਿ ਇਹ ਪ੍ਰੀਖਿਆ ਸ਼ੁਰੂ ਹੋਣੀ ਹੈ ਤੇ ਤੁਸੀਂ ਇਹ ਆਪਣੀ ਡੇਟ ਸ਼ੀਟ ਦੇ ਸਕਦੇ ਹੋ ਆਪਣੇ ਸਬਜੈਕਟ ਦੇ ਅਕੋਰਡਿੰਗ